ਸਵਾਲਾਂ 'ਚ ਨਜ਼ਰ ਆਇਆ ਤਰਨ ਤਾਰਨ ਦਾ ਸਿਵਲ ਹਸਪਤਾਲ। ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਨਹੀਂ ਮਿਲਿਆ ਕੋਈ ਡਾਕਟਰ, ਪੂਰੀ ਰਾਤ ਡਾਕਟਰ ਨੂੰ ਲੱਭਦਾ ਰਿਹਾ ਮਰੀਜ਼। ਪਰੇਸ਼ਾਨ ਹੋ ਕੇ ਮਰੀਜ਼ ਨੇ ਵੀਡੀਓ ਬਣਾ ਕੇ ਕੀਤੀ ਵਾਇਰਲ। ਡਾਕਟਰਾਂ 'ਤੇ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਦੇ ਇਲਜ਼ਾਮ। ਸਟਾਫ ਨਰਸ ਅਤੇ ਸਿਕਿਉਰਿਟੀ ਗਾਰਡ ਵੀ ਨਹੀਂ ਸਨ ਮੌਜੂਦ। ਰਾਤ ਕਰੀਬ 12 ਵਜੇ ਦੇ ਬਾਅਦ ਦੀ ਦੱਸੀ ਜਾ ਰਹੀ ਹੈ ਵੀਡੀਓ। SMO ਨੇ ਗੈਰ ਹਾਜ਼ਰ ਰਹਿਣ ਵਾਲੇ ਸਟਾਫ ਤੋਂ ਮੰਗਿਆ ਜਵਾਬ। ਦੁਖੀ ਮਰੀਜ਼ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ, ਗੈਰ ਹਾਜ਼ਰ ਡਾਕਟਰਾਂ ਤੇ ਸਟਾਫ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਆਪਾਂ ਜੀ ਸਰਕਾਰੀ ਹਸਪੀਟਲ ਦੇ ਹਾਲ ਜੇ, ਕੋਈ ਬੰਦਾ ਇੱਥੇ ਕੋਈ ਰਾਤ ਵਾਲੇ ਡਿਊਟੀ 'ਚ ਨਹੀਂ ਜੇ, ਸਾਰੇ ਕਮਰੇ ਵੱਜੇ ਪਏ ਜੇ ਏ ਟੂ ਲੈ ਕੇ ਜੈਡ ਤੱਕ। ਸਰਕਾਰੀ ਹਸਪੀਟਲ ਐਮਰਜੈਂਸੀ ਖੋਲ੍ਹ ਕੇ ਚਲ ਗਏ ਆ, ਕੋਈ 1% ਬੰਦਾ ਨਹੀਂ ਹੈਗਾ। ਇਹਨਾਂ ਦੀਆਂ ਸੀਟਾਂ ਖਾਲੀ ਪਈਆਂ ਜੀ। ਰਾਤ ਵਾਲੇ ਬੰਦੇ ਨੂੰ ਐਮਰਜੈਂਸੀ ਪਈ ਹੋਵੇ, ਕੋਈ ਚੀਜ਼ ਹੋ ਗਈ ਹੋਵੇ, ਤੇ ਅਗਲਾ ਰਾਤ ਵਾਲੇ ਕੀ ਕਰੇ। ਦੇਖੋ ਜੀ, ਵੀਡੀਓ ਜਿਹੜੀ ਵਾਇਰਲ ਹੋਈ ਬਿਲਕੁਲ ਠੀਕ ਆ। ਇਹ ਅੱਜ 29 ਤਰੀਕ ਹੈ ਤੇ 26-27 ਤਰੀਕ ਦੀ ਰਾਤ ਆਲਮੋਸਟ 12:30 ਵਜੇ ਦਾ ਟਾਈਮ ਸੀਗਾ। ਤਿੰਨ ਲੇਡੀਜ਼ ਜਿਹੜੀਆਂ ਡਿਊਟੀ 'ਤੇ ਸੀਗੀਆਂ, ਡਾਕਟਰ ਕੋਮਲ ਕਮਲ ਉਹ EMO ਨੇ ਸਾਡੇ ਉਹ ਡਿਊਟੀ 'ਤੇ ਸਨ, ਨਾਲ ਸ਼੍ਰੀਮਤੀ ਰਜਵੰਤ ਕੌਰ ਫਾਰਮੇਸਿਸਟ ਉਹ ਡਿਊਟੀ 'ਤੇ ਸੀਗੀ, ਇੱਕ ਨਵਦੀਪ ਜਾਂ ਨਵਪ੍ਰੀਤ ਸ਼ਾਇਦ ਸਟਾਫ ਨਰਸ ਆ ਉਹ ਡਿਊਟੀ 'ਤੇ ਸੀਗੀ, ਇਸ ਤੋਂ ਇਲਾਵਾ ਲਵਪ੍ਰੀਤ ਸਿਕਿਉਰਟੀ ਗਾਰਡ ਸੀਗਾ। ਐਂਡ ਕੋਇਨਸੀਡੈਂਟਲੀ ਇਟ ਹੈਪਨਡ ਵੀ ਇੱਕ ਐਮਰਜੈਂਸੀ ਸੀਗੀ, 10 ਵਜੇ ਆਏ ਸੀਗੇ। ਉਹ ਪੇਸ਼ੈਂਟ ਬਹੁਤ ਸੀਰੀਅਸ ਸੀਗਾ ਅਤੇ ਉਹਨੂੰ ਖੂਨ ਦੀਆਂ ਉਲਟੀਆਂ ਵਗੈਰਾ ਆ ਰਹੀਆਂ ਸੀ, ਐਂਡ ਉਹ ਘੰਟਾ ਡੇਢ ਘੰਟਾ ਸਾਡਾ ਸਟਾਫ ਉਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਲੇਕਿਨ ਅਨਫੋਰਚੁਨੇਟਲੀ ਦੇ ਵਾਰ ਅਨਏਬਲ ਟੂ ਕੰਟਰੋਲ ਦੈਟ। ਡਾਕਟਰ ਮੈਡੀਕਲ ਸਪੈਸ਼ਲਿਸਟ ਸਾਡੇ ਰਵਿੰਦਰ ਚੌਧਰੀ ਨੇ ਉਹਨਾਂ ਨੂੰ ਵੀ ਲਾਈਨ 'ਤੇ ਲੈ ਕੇ ਗੱਲਬਾਤ ਚੱਲਦੀ ਰਹੀ, ਲੇਕਿਨ ਉਹ ਪੇਸ਼ੈਂਟ ਦੀ ਬਲੀਡਿੰਗ ਵਗੈਰਾ ਕੰਟਰੋਲ ਨਹੀਂ ਹੋਈ। ਐਂਡ ਫਿਰ 11:30-12 ਫਾਈਨਲੀ ਦੇ ਡਿਸਾਈਡਿਡ ਵੀ ਇਹਨੂੰ ਅਸੀਂ ਹਾਇਰ ਇੰਸਟੀਟਿਊਸ਼ਨ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰਤਾ ਉਹਨੂੰ, ਪੇਸ਼ੈਂਟ ਨੂੰ ਉੱਥੇ ਫਿਰ ਲੈ ਗਏ। ਐਂਡ 11:45 ਉਹ ਐਮਰਜੈਂਸੀ ਦੇ ਪਿਛਲੇ ਪਾਸੇ। ਹਾਂ, ਇੱਕ ਗੱਲ ਨਾਲ ਹੋਰ ਮੈਂ ਦੱਸਣਾ ਚਾਹਾਂਗਾ ਵੀ ਉਸ ਦਿਨ ਐਮਰਜੈਂਸੀ 'ਚ ਕੋਈ ਵੀ ਹੋਰ ਪੇਸ਼ੈਂਟ ਨਹੀਂ ਸੀਗਾ। ਸਾਡੀ ਟੈਂਡੈਂਸੀ ਇਹ ਹੁੰਦੀ ਹੈ ਵੀ ਸਾਡੀ ਐਮਰਜੈਂਸੀ ਬਹੁਤ ਪੁਰਾਣੀ ਹੈ, ਉੱਥੇ ਨਵੀਂ ਐਮਰਜੈਂਸੀ ਬਣਨੀ ਆ, ਅਤੇ ਮੈਂ ਆਪਣੇ ਸਟਾਫ ਨੂੰ ਹਦਾਇਤ ਕੀਤੀ ਵੀ ਜਿਹੜੇ ਐਮਰਜੈਂਸੀ ਦੇ ਪੇਸ਼ੈਂਟ ਸਟੇਬਲ ਹੋ ਜਾਂਦੇ ਆ ਉਹਨਾਂ ਨੂੰ ਵਾਰਡ 'ਚ ਸ਼ਿਫਟ ਕਰ ਦਿਆ ਕਰੋ, ਵੀ ਵਾਰਡ 'ਚ ਕੇਅਰ ਜਿਹੜੀ ਬੈਟਰ ਹੁੰਦੀ ਆ ਰਾਊਂਡ ਦੀ ਕਲੋਕ। ਐਂਡ ਮੋਰ ਓਵਰ ਸਮ ਟਾਈਮਸ ਕਈ ਵਾਰੀ ਹੈਵੀ ਐਮਰਜੈਂਸੀ ਆ ਜਾਂਦੀਆਂ, ਅਤੇ ਦੈਨ ਦੇਰ ਇਜ਼ ਅ ਲਿਟਲ ਸਪੇਸ ਇਨ ਐਮਰਜੈਂਸੀ ਵੀ 7-8 ਬੈੱਡ ਹੀ ਨੇ, ਉਹ ਅਗਰ ਅਕੂਪਾਈਡ ਰਹਿਣ ਤਾਂ ਫਿਰ ਨਵੇਂ ਮਰੀਜ਼ਾਂ ਲਈ ਮੁਸ਼ਕਿਲ ਹੁੰਦਾ, ਅਤੇ ਉਸ ਦਿਨ ਐਮਰਜੈਂਸੀ 'ਚ ਕੋਇਨਸੀਡੈਂਟਲੀ ਕੋਈ ਹੋਰ ਮਰੀਜ਼ ਨਹੀਂ ਸੀਗਾ। ਐਂਡ ਇਹ ਤਿੰਨੇ ਲੇਡੀਜ਼ ਹੋਣ ਕਰਕੇ ਪਿਛਲੇ ਪਾਸੇ ਐਮਰਜੈਂਸੀ EMO ਰੂਮ ਹੈਗਾ, ਉੱਥੇ ਜਾ ਕੇ 11:45 ਵਜੇ ਦੇ ਆਸ ਪਾਸ ਇਹ ਖਾਣਾ ਖਾਣ ਲੱਗ ਪਈਆਂ। ਐਂਡ ਇਨ ਦੀ ਮੇਨ ਟਾਈਮ ਹੀ ਉਹ ਸ਼੍ਰੀਮਾਨ ਜੀ ਜਿਨ੍ਹਾਂ ਨੇ ਵੀਡੀਓ ਬਣਾਈ ਉਹ ਸ਼ਾਇਦ ਅੰਦਰ ਆਏ, ਕੋਈ ਉਹਨਾਂ ਨੂੰ ਕੰਮ ਸੀਗਾ। ਐਂਡ ਸਿਕਿਉਰਟੀ ਗਾਰਡ ਨੂੰ ਤਾਂ ਨਾ ਤਾਂ ਉਹਨਾਂ ਦੀ ਪਛਾਣ ਸੀਗੀ ਅਤੇ ਨਾ ਉਹਨਾਂ ਨੂੰ ਸਿਕਿਉਰਟੀ ਗਾਰਡ ਦੀ ਪਛਾਣ ਨਹੀਂ। ਸਿਕਿਉਰਟੀ ਗਾਰਡ ਐਮਰਜੈਂਸੀ ਦੇ ਬਾਹਰ ਸਾਹਮਣੇ ਐਂਬੂਲੈਂਸ ਸਾਡੀ 24 ਘੰਟੇ ਸਟੇਸ਼ਨ ਹੁੰਦੀ, ਉਹਦੇ ਕੋਲ ਉਹ ਪਾਰ ਕੇ ਉੱਥੇ ਉਹ ਟਹਿਲ ਰਿਹਾ ਸੀਗਾ ਇੱਧਰ ਉੱਧਰ। ਐਂਡ ਉਦੋਂ ਉਹਨਾਂ ਨੇ ਉਹ ਵੀਡੀਓ ਬਣਾਈ। ਐਂਡ ਮੈਂ ਆਪਣੇ ਸਟਾਫ ਨੂੰ ਬਾਅਦ ਬੜਾ ਸਖ਼ਤ ਹਦਾਇਤ ਕੀਤੀ ਹੈ, ਐਕਸਪਲੇਨੇਸ਼ਨ ਵੀ ਕਾਲ ਕੀਤੀ ਵੀ ਇਟ ਵਾਜ਼ ਨੋਟ ਰਾਈਟ ਵੀ ਅਗਰ ਖਾਣਾ ਖਾਣਾ ਹੀ ਸੀਗਾ ਤੇ ਵਾਰੀ ਵਾਰੀ ਸਿਰ ਜਾਣ, ਕਿਉਂਕਿ ਫਰੰਟ ਡੈਸਕ ਤੇ ਕੋਈ ਨਾ ਕੋਈ ਹਰ ਵੇਲੇ ਮੌਜੂਦ ਹੋਣਾ ਚਾਹੀਦਾ ਐਮਰਜੈਂਸੀ 'ਚ ਵੀ ਕੋਈ ਪਤਾ ਲੱਗ ਜਾਂਦਾ। ਇਸ ਤਰ੍ਹਾਂ ਚਾਹੇ ਇਟ ਵਾਜ਼ ਏ ਮੈਟਰ ਆਫ 10-15 ਮਿੰਟਸ, ਲੇਕਿਨ ਉਹਦੇ ਨਾਲ ਹਸਪਤਾਲ ਦੀ ਛਵੀ ਖਰਾਬ ਹੁੰਦੀ ਹੈ ਵੀ ਕੋਈ ਐਮਰਜੈਂਸੀ ਸੀਗਾ ਨਹੀਂ। ਹੁੰਦਿਆਂ ਸਾਰੇ ਸਟਾਫ ਦੇ ਹੁੰਦਿਆਂ ਵੀ ਇਹ ਇੰਪਰੈਸ਼ਨ ਗਿਆ ਵੀ ਕੋਈ ਹੈ ਨਹੀਂ ਸੀਗਾ। ਐਂਡ ਆਈ ਹੈਵ ਕੋਲਡ ਰਿਟਨ ਐਕਸਪਲੇਨੇਸ਼ਨ ਐਂਡ ਉਹ ਜਵਾਬ ਦੇਣਗੇ। ਪ੍ਰਿਲਿਮਿਨਰੀ ਜੋ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਵੀ ਸਰ ਅਸੀਂ ਹਾਜ਼ਰ ਹਾਂ, ਲੇਕਿਨ ਅਸੀਂ ਆਪਣੇ ਲੇਡੀਜ਼ ਤਿੰਨੇ ਸੀਗੀਆਂ ਦੇ ਕਰਕੇ ਉਹ ਇਕੱਠਾ ਖਾਣਾ ਖਾ ਰਹੀ ਸੀ। ਫਿਰ ਵੀ ਉਹਨਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਵੀ ਫਰੰਟ ਡੈਸਕ ਤੋਂ ਕਿਸੇ ਨੇ ਨਹੀਂ ਉੱਠਣਾ, ਹਰ ਵੇਲੇ ਉੱਥੇ ਕੋਈ ਨਾ ਕੋਈ ਬੈਠਾ ਹੋਣਾ ਚਾਹੀਦਾ। ਇਹ ਦੇਖੋ, ਮੈਂ ਤਾਂ ਕੋਸ਼ਿਸ਼ ਇਹੋ ਹੀ ਕਰਦਾ ਰਾਊਂਡ ਦੀ ਕਲੋਕ, ਹਨੇਰੇ ਸਵੇਰੇ ਚੈੱਕ ਵੀ ਕਰੀਦਾ, ਸਵੇਰੇ ਰਾਊਂਡ ਕਰੀਦਾ, ਸ਼ਾਮੀ ਰਾਊਂਡ ਕਰੀਦਾ। ਐਂਡ ਹੋਪਫੁਲੀ ਵੀ ਉਹਨਾਂ 'ਤੇ ਅਸਰ ਹੋਏਗਾ ਵੀ ਇਹੋ ਜਿਹਾ ਨਹੀਂ। ਜੇ ਫਿਰ ਵੀ ਅਗਰ ਕੋਈ ਅਣਗਹਿਲੀ ਕਰਦਾ ਸਟਾਫ ਤੇ ਵੀ ਵਿਲ ਡੈਫੀਨੇਟਲੀ ਰਾਈਟ ਟੂ ਹਾਇਰ ਅਥਾਰਟੀਜ਼ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਤਰਨਤਾਰਨ ਤੋਂ ਬਿਊਰੋ ਰਿਪੋਰਟ, NC7 ਨਿਊਜ਼।